ਅਕਾਲ, ਨਮਸਕਾਰ ਆਦਾਬ। ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲ੍ਹਾ। ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਫਿਲਮ ਮਜਰੂ ਦੀ ਸਕਰੀਨਿੰਗ ਦੇ ਖਾਸ ਮੌਕੇ ਤੇ ਅਸੀਂ ਪਹੁੰਚੇ ਹੈਗੇ ਆ। ਤੁਹਾਨੂੰ ਦਿਖਾ ਦਈਏ ਇੱਕ ਵਾਰ ਮਾਹੌਲ ਸਾਰਾ ਕਿ ਸਾਰੇ ਦੇ ਸਾਰੇ ਜਿਹੜੇ ਇੱਥੇ ਲੋਕ ਪਹੁੰਚੇ ਨੇ ਮਜਨੂੰ ਫਿਲਮ ਦੇਖਣ ਦੇ ਲਈ ਪਹੁੰਚੇ ਨੇ, ਕਿਉਂਕਿ ਮਜਨੂੰ ਦੀ ਪ੍ਰਮੋਸ਼ਨਸ ਜੋ ਨੇ ਬੜੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਸੀ। ਸੋ ਫਾਈਨਲੀ ਉਹ ਟਾਈਮ ਆ ਗਿਆ ਜਦੋਂ ਫਿਲਮ ਰਿਲੀਜ਼ ਹੋਣ ਵਾਲੀ ਹੈ। ਅਸੀਂ ਅੰਦਰ ਚੱਲ ਕੇ ਹੁਣ ਫਿਲਮ ਦੇਖਾਂਗੇ ਆਖਿਰ ਮਜਨੂੰ ਦੇ ਵਿੱਚ ਕੀ ਹੈ ਖਾਸ, ਕਿਉਂਕਿ ਮਜਨੂੰ ਟਾਈਟਲ ਤੋਂ ਤਾਂ ਲੱਗ ਰਿਹਾ ਕਿ ਸਿਰਫ ਔਰ ਸਿਰਫ ਲਵ ਸਟੋਰੀ ਹੋਏਗੀ। ਸੋ ਲਵ ਸਟੋਰੀ ਤੁਹਾਨੂੰ ਮੈਸੇਜ ਵੀ ਕੋਈ ਦੇ ਕੇ ਜਾਂਦੀ ਹੈ, ਕੋਈ ਇਮੋਸ਼ਨਸ ਦੇ ਨਾਲ ਭਰੀ ਫਿਲਮ ਵੀ ਹੋਏਗੀ, ਜਾਂ ਫਿਰ ਕੀ ਟਵਿਸਟ ਆਉਂਦਾ ਜਾਂ ਟ੍ਰਾਇੰਗਲ ਵਾਲਾ ਵੀ ਕੁਛ ਆਪਾਂ ਨੂੰ ਵਿੱਚ ਟਵਿਸਟ ਦੇਖਣ ਨੂੰ ਮਿਲੇਗਾ। ਇਹ ਦੇਖਣਾ ਬੜਾ ਦਿਲਚਸਪ ਰਹੇਗਾ। ਸੋ ਫਿਲਹਾਲ ਹੀ ਅਸੀਂ ਅੰਦਰ ਚੱਲਦੇ ਹਾਂ ਅਤੇ ਅੰਦਰ ਚੱਲ ਕੇ ਦੇਖਦੇ ਹਾਂ ਮਜਨੂੰ ਫਿਲਮ। ਫਿਰ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਤੁਹਾਨੂੰ ਅਸੀਂ ਦੱਸਾਂਗੇ ਕਿ ਫਿਲਮ ਕਿਸ ਤਰ੍ਹਾਂ ਦੀ ਹੈ। ਕਿਵੇਂ ਲੱਗੀ ਫਿਲਮ? ਬਹੁਤ ਅੱਛੀ, ਬਹੁਤ ਅੱਛੀ। ਕੀ ਸਪੈਸ਼ਲ ਸੀ ਫਿਲਮ? ਸਾਰੀ ਅੱਛੀ, ਮਤਲਬ ਬੋਰ ਨਹੀਂ ਹੋਏ, ਅੱਛਾ ਲੱਗਾ ਮੂਵੀ, ਬਹੁਤ ਅੱਛੀ ਲੱਗੀ, ਬਹੁਤ ਵਧੀਆ ਲੱਗੀ। ਹੀਰੋ ਨੂੰ 10/10। ਕਾਫੀ ਅੱਛੀ ਸੀ, ਇਮੋਸ਼ਨਲ ਸੀਗੀ। ਹਾਂਜੀ ਵੀਜੀ, ਕਿਵੇਂ ਲੱਗੀ ਫਿਲਮ? ਬਹੁਤ ਅੱਛੀ, ਬਹੁਤ ਅੱਛੀ ਲੱਗੀ। ਗੁੱਡ ਮੂਵੀ। ਸਤਿ ਸ਼੍ਰੀ ਅਕਾਲ ਜੀ। ਫਿਲਮ ਬਹੁਤ ਸੋਹਣੀ ਹੈ, ਮੈਂ ਇਹ ਕਹੂੰਗਾ ਕਿ ਇੱਕ ਪਰਿਵਾਰਿਕ ਫਿਲਮ ਹੈ। ਨਵਾਂ ਚਿਹਰਾ ਹੈ ਪ੍ਰੀਤ, ਹੈ ਨਾ, ਬਹੁਤ ਕਮਾਲ ਦਾ ਐਕਟ ਕੀਤਾ ਮੁੰਡੇ ਨੇ, ਡੈਪਥ 'ਚ ਐਕਟ ਕੀਤਾ। ਮੇਰੇ ਹਿਸਾਬ ਨਾਲ ਜਿਹੜੀ ਸੁਲਝੀ ਹੋਈ ਆਡੀਅੰਸ ਹੈ ਉਹਨੂੰ ਫਿਲਮ ਦੇਖਣੀ ਚਾਹੀਦੀ ਹੈ, ਤਾਂ ਕਿ ਅਸੀਂ ਨਵੇਂ ਚਿਹਰੇ ਵੀ ਪ੍ਰਮੋਟ ਕਰੀਏ ਅਤੇ ਨਵੇਂ ਕਨਸੈਪਟ, ਨਵੇਂ ਆਈਡੀਆਜ਼ ਵੀ ਵੇਖਣ ਨੂੰ ਮਿਲਣ। ਹਟ ਕੇ ਸੀ ਅਤੇ ਪ੍ਰੀਤ ਪਾਠ ਦਾ ਕੰਮ ਮੈਂ ਕਹੂੰਗਾ ਕਿ ਬਹੁਤ ਬੈਟਰ ਦੈਨ, ਮੈਂ ਕਹਿੰਦਾ ਕਿਸੇ ਵੀ ਐਕਟਰ ਨਾਲੋਂ ਬੈਟਰ ਸੀ। ਬਹੁਤ ਅੱਛੀ ਪਿਕਚਰ ਸੀ, ਨਿਊ ਸਟਾਰਟਅਪ ਹੈ ਬੰਦੇ ਦਾ, ਹੁਣ ਚਿਹਰਾ, ਇੱਕ ਯੂਨੀਕ ਚਿਹਰਾ ਮਿਲਿਆ ਪੰਜਾਬ ਨੂੰ ਦੇਖਣ ਲਈ, ਵੀ ਹਾਂ ਹੁਣ ਕੁਛ ਫਰੈਸ਼ ਦੇਖਣ ਨੂੰ ਮਿਲੇਗਾ। ਠੀਕ। ਹਾਂਜੀ ਸਰ, ਕੀ ਕਹਿੰਦੇ ਹੋ ਤੁਸੀਂ? ਸਪੈਸ਼ਲੀ ਮੈਂ ਜਾਣਨਾ ਚਾਹੁੰਦੀ ਤੁਹਾਡੇ ਤੋਂ ਕਿ ਫਿਲਮ ਲਾਈਕ ਕੀ ਲੱਗਾ ਤੁਹਾਨੂੰ, ਕੀ, ਕਿਉਂਕਿ ਮੈਨੂੰ ਲੱਗਦਾ ਕਿ ਇੱਥੇ ਇਮੋਸ਼ਨਲ ਬਹੁਤ ਲੋਕ ਹੋ ਗਏ ਅੰਦਰ। ਸਟਾਰਟਿੰਗ ਤੇ ਸਾਨੂੰ ਲੱਗ ਰਿਹਾ ਸੀਗਾ ਕਿ ਬਹੁਤ ਟੋਟਲੀ ਲਵ ਸਟੋਰੀ ਹੋਏਗੀ, ਪਰ ਜਿਹੜੇ ਇਮੋਸ਼ਨਸ ਇਸ ਫਿਲਮ ਦੇ ਵਿੱਚ ਭਰੇ ਗਏ ਨੇ, ਕੁੱਟ-ਕੁੱਟ ਕੇ ਭਰੇ ਗਏ ਨੇ, ਉਹਨਾਂ ਬਾਰੇ ਤੁਸੀਂ ਕੀ ਕਹਿੰਦੇ ਹੋ? ਦੇਖੋ, ਇਮੋਸ਼ਨਸ ਜਦੋਂ ਪਬਲਿਕ ਨੂੰ ਰਵਾ ਦਿੱਤਾ ਨਾ, ਇਹਦਾ ਮਤਲਬ ਪਬਲਿਕ ਨਾਲ ਜੁੜ ਕੇ ਫਿਲਮ ਨੂੰ ਦੇਖ ਰਹੀ ਆ। ਠੀਕ ਹੈ ਨਾ। ਔਰ ਸਭ ਤੋਂ ਵਧੀਆ ਗੱਲ ਹੈ ਕਿ ਮੁੰਡੇ ਨੇ ਜਿਹੜਾ ਕੰਮ ਕੀਤਾ ਨਾ, ਹੀਰੋ ਨੇ ਬਹੁਤ ਅੱਛਾ ਕੰਮ ਕੀਤਾ, ਬਹੁਤ ਵਧੀਆ। ਔਰ ਸਭ ਤੋਂ ਵੱਡੀ ਗੱਲ ਮੈਂ ਕਹਾਂਗਾ ਕਿ ਲੈਲਾ ਮਜਨੂੰ, ਸ਼੍ਰੀ ਫਰਿਆਦ, ਇਹੋ ਜਿਹੇ ਨਾਮ ਅਸੀਂ ਸੁਣਨੇ ਕਿੰਨਾ ਚਿਰ ਹੋ ਗਿਆ, ਖਤਮ ਹੀ ਹੋ ਗਏ, ਸੁਣੇ ਨਹੀਂ ਆ। ਔਰ ਮਜਨੂੰ ਨਾਮ ਸੁਣ ਕੇ ਮੈਨੂੰ ਬੜੀ ਖੁਸ਼ੀ ਹੋਈ ਕਿ ਉਹ ਪੁਰਾਣਾ ਨਾਮ ਫਿਰ ਕੱਢ ਕੇ ਲਿਆ ਕੇ ਦਿੱਤਾ। ਠੀਕ ਹੈ ਜੀ, ਬਹੁਤ। ਸੋ ਬਹੁਤ ਚੀਜ਼ਾਂ 'ਤੇ ਕੰਮ ਕੀਤਾ ਗਿਆ, ਲਾਈਕ ਕੋਸਟਿਊਮਸ 'ਤੇ, ਲੋਕੇਸ਼ਨਸ 'ਤੇ, ਉਹੀ ਚੀਜ਼ਾਂ ਦਰਸਾਈਆਂ ਗਈਆਂ ਨੇ, ਐਂਡ 'ਤੇ ਮੈਸੇਜ ਬਹੁਤ ਸੋਹਣਾ ਸੀਗਾ। ਸੋ ਫਿਲਮ ਨੇ, ਫਿਲਮ ਦੀ ਸਟੋਰੀ ਨੇ ਸਾਰਿਆਂ ਨੂੰ ਬੰਨ੍ਹ ਕੇ ਰੱਖਿਆ ਨਾਲ। ਸੋ ਸਟੋਰੀ ਲਾਈਨ ਬਾਰੇ ਸਪੈਸ਼ਲੀ ਕੀ ਕਹਿੰਦੇ, ਕਿਉਂਕਿ ਇੰਡਸਟਰੀ ਦੇ ਵਿੱਚ ਬਹੁਤ ਕਮੀ ਹੈ ਆਪਣੇ ਕੰਟੈਂਟ ਦੀ, ਲੇਕਿਨ ਇਸ ਤਰ੍ਹਾਂ ਦਾ ਕੰਟੈਂਟ ਜਿਹੜਾ ਕੀ ਲੱਗਦਾ ਤੁਹਾਨੂੰ ਕਿ ਕਿੰਨਾ ਕਿ ਇਹਨੂੰ ਬੂਸਟ ਮਿਲਣਾ ਚਾਹੀਦਾ, ਕਿਉਂਕਿ ਇਸ ਤਰ੍ਹਾਂ ਦਾ ਕੰਟੈਂਟ ਹਮੇਸ਼ਾ ਦੱਬ ਜਾਂਦਾ, ਲੇਕਿਨ ਬੜੀ ਸਪੋਰਟ ਇਸ ਤਰ੍ਹਾਂ ਦੇ ਕੰਟੈਂਟ ਨੂੰ? ਬਿਲਕੁਲ। ਦੇਖੋ, ਲਵ ਸਟੋਰੀ ਸੀਗੀ, ਠੀਕ ਹੈ ਨਾ, ਕੁਰਬਾਨੀ ਜਿਹੜੀ ਹੈ ਨਾ, ਪਿਆਰ ਜਿਹੜਾ ਹੈ ਉਹ ਕੁਰਬਾਨੀ ਮੰਗਦਾ, ਅਤੇ ਔਰ ਦੋਵਾਂ ਨੇ ਦੇਖੋ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ, ਕੁਰਬਾਨੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਕੁਦਰਤ ਦੀ ਜਿਹੜੀ ਭਾਸ਼ਾ ਹੈ ਨਾ ਹਿੰਦੀ ਜਾਣਦਾ, ਨਾ ਉਰਦੂ, ਨਾ ਫਾਰਸੀ, ਨਾ ਤਮਿਲ, ਨਾ ਤੇਲਗੂ, ਉਹਦੇ ਵੀ ਇੱਕੋ ਹੀ ਭਾਸ਼ਾ, ਉਹ ਹੈਗੀ ਪਿਆਰ ਦੀ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਸੁਪਰ ਫਿਲਮ, ਬਹੁਤ ਵਧੀਆ ਸੀਗੀ। ਨਾਨੀ ਉਹਦੀ ਮੈਂ ਕਿਹਦੀ ਜਿਹੜੀ ਕੁੜੀ ਹਰਵਾ, ਜਿਹੜੀ ਕੈਂਸਰ, ਮੂਵੀ ਬਹੁਤ ਵਧੀਆ ਲੱਗੀ ਜੀ। ਅੱਛੀ ਮੂਵੀ, ਬਹੁਤ ਵਧੀਆ, ਬਹੁਤ ਵਧੀਆ ਮੂਵੀ ਸੀ। ਪ੍ਰੀਤ ਨੇ ਲੋਕਾਂ ਨਾਲ ਪ੍ਰੀਤ ਪਾ ਲਈ, ਬਹੁਤ ਵਧੀਆ ਮੂਵੀ ਸੀ, ਬਹੁਤ ਵਧੀਆ, ਟੂ ਗੁੱਡ, ਬਹੁਤ ਬੜੀਆ, ਬਹੁਤ, ਬਹੁਤ ਅੱਛੀ, ਅਮੇਜ਼ਿੰਗ, ਆਈ ਲਵਡ ਇਟ। ਮਤਲਬ ਪੰਜਾਬੀ ਸਿਨੇਮਾ ਦੇ ਵਿੱਚ ਲਵ ਸਟੋਰੀਜ਼ ਆਈ ਥਿੰਕ ਇੰਨੀਆਂ ਜ਼ਿਆਦਾ ਨਹੀਂ ਬਣ ਰਹੀਆਂ, ਸੋ ਅਕੋਰਡਿੰਗ ਟੂ ਦੈਟ ਦਿਸ ਵਾਜ਼ ਸਮਥਿੰਗ ਡਿਫਰੈਂਟ ਕੰਟੈਂਟ, ਐਂਡ ਆਈ ਕੁਡ ਰਿਲੇਟ ਇਟ ਟੂ ਸ਼ਾਹਰੁਖ ਖਾਨ
ਦੀ ਜੋ ਫਿਲਮ ਹੁੰਦੀਆਂ ਸੀ 90s ਵਾਲੀਆਂ, ਸੋ ਉਹਦੇ ਨਾਲ ਰਿਲੇਟ ਕਰ ਪਾ ਰਹੀ ਹਾਂ. ਐਂਡ ਪ੍ਰੀਤ, ਹੀ ਵਾਜ਼ ਅਮੇਜ਼ਿੰਗ, ਦ ਇੰਟਾਇਰ ਕਾਸਟ ਵਾਜ਼ ਅਮੇਜ਼ਿੰਗ. ਐਂਡ ਆਈ ਫੀਲ ਪਿਆਰ ਹਮੇਸ਼ਾ ਅਧੂਰਾ ਰਹਿੰਦਾ, ਸੋ ਉਹ ਇਹਦੇ ਵਿੱਚ ਬਹੁਤ ਅੱਛੀ ਤਰ੍ਹਾਂ ਜੋ ਸਟੋਰੀ ਦੇ ਵਿੱਚ ਜਸਟੀਫਾਈਡ ਕੀਤਾ. ਸੋ ਆਈ ਇੰਜੋਇਡ ਇਟ, ਬਹੁਤ ਅੱਛਾ, ਬਹੁਤ ਅੱਛੀ ਹੈ, ਬਹੁਤ ਬਹੁਤ ਜ਼ਿਆਦਾ ਅੱਛੀ ਹੈ ਜੀ. ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ. ਹੀ ਵਾਜ਼ ਅਮੇਜ਼ਿੰਗ ਪ੍ਰੀਤ, ਯੂ ਆਰ ਦ ਬੈਸਟ. ਬਹੁਤ ਸੋਹਣੇ ਐਕਸਪ੍ਰੈਸ਼ਨਸ, ਬਹੁਤ ਸੋਹਣੀ ਡਾਇਲੋਗ ਡਿਲੀਵਰੀ, ਐਵਰੀਥਿੰਗ ਵਾਜ਼ ਜਸਟ ਟੌਪ ਨੋਚ. ਹਾਂਜੀ ਮੈਮ, ਕੀ ਕਹਿੰਦੇ ਫਿਲਮ ਬਾਰੇ? ਬਹੁਤ ਸੋਹਣੀ ਫਿਲਮ, ਬਹੁਤ ਸੋਹਣੀ ਮੂਵੀ ਸੀਗੀ. ਤੁਹਾਨੂੰ ਵੀ ਮੁਬਾਰਕਾਂ, ਬਹੁਤ ਬਹੁਤ ਸੋਹਣਾ ਲੱਗਿਆ. ਔਰ ਕਿਰਨ ਸ਼ੇਰਗਿੱਲ ਵੀ ਬਹੁਤ ਸੋਹਣੀ ਆ, ਮੇਰੀ ਬੇਟੀ ਆ. ਹਾਂਜੀ ਹਾਂਜੀ ਮੈਮ, ਭਾਈ ਮੈਂ ਤੁਹਾਨੂੰ ਮੁਬਾਰਕਾਂ ਸਪੈਸ਼ਲੀ ਦੇ ਰਹੀ ਹਾਂ. ਹਾਂਜੀ, ਬਸ ਕਰੋ ਮੇਰ ਬਾਬੀ. ਹਾਂਜੀ ਬਿਲਕੁਲ, ਬਹੁਤ ਇੱਕ ਅੱਛਾ ਮੈਸੇਜ ਦਿੱਤਾ. ਹਾਂਜੀ ਵਧੀਆ, ਪੰਜਾਬ ਬਾਰੇ. ਹਾਂਜੀ ਹਾਂਜੀ, ਕਿਵੇਂ ਲੱਗੀ ਤੁਹਾਨੂੰ? ਬਹੁਤ ਵਧੀਆ ਜੀ, ਬਹੁਤ ਸੋਹਣੀ, ਬਹੁਤ ਵਧੀਆ, ਬਹੁਤ ਵਧੀਆ. ਮਜਨੂੰ ਮਜਨੂੰ ਹੋ ਗਈ, ਬਹੁਤ ਵਧੀਆ, ਬਹੁਤ ਵਧੀਆ. ਕਿਵੇਂ ਲੱਗੀ ਮੈਮ? ਬਹੁਤ ਅੱਛੀ ਜੀ, ਸਪੈਸ਼ਲੀ ਇਹ ਪ੍ਰੀਤ ਬਹੁਤ ਸਮਾਰਟ ਲੱਗ ਰਿਹਾ, ਬਹੁਤ ਵਧੀਆ, ਬਹੁਤ ਵਧੀਆ. ਪ੍ਰੀਤ ਵੀਰ ਦੇ ਸਾਡੇ ਦੇ ਐਕਸ਼ਨ ਸੀਨ ਬਹੁਤ ਸੋਹਣੇ ਸੀਗੇ. ਬਹੁਤ ਅੱਛੀ ਹੈ. ਕਿਵੇਂ ਲੱਗੀ ਮੈਡਮ ਫਿਲਮ? ਬਹੁਤ ਬੜੀਆ, ਮਜ਼ਾ ਆਇਆ ਦੇਖ ਕੇ. ਮੇਰੀ ਕਜ਼ਨ ਸਿਸਟਰ ਕਿਰਨ ਸ਼ੇਰਗਿੱਲ. ਹਾਂਜੀ, ਬਹੁਤ ਵਧੀਆ ਫਿਲਮ ਸੀ, ਆਪਣੀ ਮਾਸੀ ਦੀ ਫਿਲਮ ਸੀ. ਬਹੁਤ ਅੱਛੀ, ਬਹੁਤ ਪਿਆਰੀ. ਔਰ ਡਾਇਰੈਕਟਰ ਸੁਜ਼ਾਦ ਭਾਈ, ਮਾਸ਼ਾਅੱਲਾ. ਔਰ ਸਭ ਨੇ ਬਹੁਤ ਅੱਛਾ ਕੰਮ ਕੀਤਾ. ਪ੍ਰੀਤ, ਐਵਰੀਵਨ ਇਜ਼ ਲਾਈਕ ਅਮੇਜ਼ਿੰਗ. ਫਿਲਮ ਬਹੁਤ ਵਧੀਆ ਸੀਗੀ, ਔਰ ਅਸੀਂ ਇਸ ਦੇ ਵਿੱਚ ਕੰਮ ਵੀ ਕੀਤਾ ਹੋਇਆ, ਸਾਰਿਆਂ ਨੇ ਮਿਲ ਕੇ ਕੰਮ ਕੀਤਾ, ਔਰ ਬਹੁਤ ਸ਼ਾਨਦਾਰ ਪਿਕਚਰ ਹੈ. ਤੁਸੀਂ ਆਏ ਸਪੈਸ਼ਲੀ ਫਿਲਮ ਦੇਖਣ ਲਈ, ਕਿਵੇਂ ਲੱਗੀ? ਕਮਾਲ ਜੀ ਕਮਾਲ, ਬਹੁਤ ਸੋਹਣੀ ਫਿਲਮ ਹੈ ਜੀ, ਬਹੁਤ ਸੋਹਣੀ ਹੈ ਜੀ. ਬਾਕੀ ਭਰਾ ਸਾਡਾ ਐਕਟਰ ਹੈ, ਮੈਨੂੰ ਨਹੀਂ ਲੱਗਦਾ ਇੰਡਸਟਰੀ 'ਚ ਇੱਦਾਂ ਦਾ ਐਕਟਰ ਹੋਊਗਾ ਕੋਈ ਹੋਰ, ਹੈ ਨਾ ਸਰ? ਬਾਕੀ ਆਉਣ ਵਾਲਾ ਟਾਈਮ ਸਟਾਰ ਹੈ ਭਰਾ ਸਾਡਾ. ਸਰ ਕੰਗਰੈਚੁਲੇਸ਼ਨਸ, ਬਹੁਤ ਅੱਛੀ ਮੂਵੀ ਬਣੀ ਹੈ, ਇਮੋਸ਼ਨਲ ਕਰ ਦਿਆ ਆਪਨੇ ਲਾਸਟ ਵਿੱਚ ਸਭ ਕੋ. ਬਹੁਤ ਅੱਛੀ ਫਿਲਮ ਹੈ, ਆਪਕੋ ਕੈਸਾ ਲਗਾ? ਬਹੁਤ ਅੱਛਾ, ਮੈਂ ਤੋ ਰੋਣਾ ਆ ਗਿਆ ਫਿਲਮ ਦੇਖ ਕੇ. ਖੁਦ ਕੋ ਜਿੰਨੀ ਵਾਰ ਕੰਟੈਂਟ ਬੋਲ ਰਹਾ ਥਾ ਅੱਜ, ਲਿਟਰਲੀ ਮੈਂ ਕਹਿ ਰਹੀ ਹਾਂ, ਜਿੰਨੀ ਵਾਰ ਹੀ ਮੂਵੀ ਦੇਖੀ ਉਹਨੇ, ਤੀਸਰੀ ਚੌਥੀ ਵਾਰ ਦੇਖੀ ਹੈ, ਤੀਸਰੀ ਚੌਥੀ ਵਾਰ ਵੀ ਮੈਂ ਰੋਣਾ ਆਇਆ ਲਾਸਟ ਮੇ ਕਿ ਵੀ ਕੁਛ ਹੋਤਾ ਹੈ, ਅਜੀਬ ਹੀ ਹੋ ਜਾਤਾ ਹੈ ਇਹ ਚੀਜ਼. ਔਰ ਮੂਵੀ ਨੇ ਇੱਕਦਮ ਪਕੜ ਕੇ ਰੱਖਾ ਹੈ, ਇੱਕ ਵੀ ਮਿੰਟ ਐਸਾ ਨਹੀਂ ਲੱਗ ਰਿਹਾ ਕਿ ਨੀਚੇ ਉਤਰ ਜਾਏ. ਪੁਆਇੰਟ ਟੂ ਪੁਆਇੰਟ ਇਟ ਵਾਸ ਵੈਰੀ ਨਾਈਸ. ਕੀ ਓਪੀਨੀਅਨ ਹੈ? ਬਹੁਤ ਅੱਛੀ ਹੈ, ਮਤਲਬ ਇੱਕ ਸੈਕਿੰਡ ਵੀ ਹਮ ਬੋਰ ਨਹੀਂ ਹੋਏ, ਔਰ ਆਪਕੋ ਬਹੁਤ ਸਾਰੀ ਮੁਬਾਰਕਾਂ, ਬੈਸਟ ਵਿਸ਼ਸ, ਇਹ ਫਿਲਮ ਬਹੁਤ ਸੁਪਰ ਡੂਪਰ ਹਿੱਟ ਰਹੇ. ਥੈਂਕ ਯੂ ਵੈਰੀ ਮੱਚ. ਸੋ ਮਜਨੂੰ ਮੂਵੀ ਦੇ ਲੀਡ ਐਕਟਰੈਸ ਸਾਡੇ ਨਾਲ ਹੈਗੇ ਨੇ ਕਿਰਨ. ਕਿਰਨ ਬਹੁਤ ਬਹੁਤ ਸਵਾਗਤ ਹੈ, ਐਂਡ ਬਹੁਤ ਸਾਰੀਆਂ ਬੈਸਟ ਵਿਸ਼ਸ. ਮੂਵੀ ਦੇਖ ਕੇ ਅਸੀਂ ਬਾਹਰ ਆਏ, ਤੁਸੀਂ ਲਿਟਰਲੀ ਤੁਹਾਡੇ ਕਿਰਦਾਰ ਨੇ ਐਂਡ ਤੇ ਰਵਾਤਾ. ਥੈਂਕ ਯੂ ਮੈਮ, ਥੈਂਕ ਯੂ ਸੋ ਮੱਚ. ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ, ਤੇ ਥੈਂਕ ਯੂ ਮੈਮ, ਤੁਸੀਂ ਇੰਨੀ ਤਾਰੀਫ ਕਰਦੀ. ਸੋ ਮੈਨੂੰ ਇਹ ਦੱਸੋ ਕਿ ਪਿਆਰ ਦੇ ਵਿੱਚ ਸੈਕਰੀਫਾਈਜ਼ ਐਕਚੁਅਲ ਦੇ ਵਿੱਚ ਰਿਐਲਿਟੀ 'ਚ ਹੁੰਦਾ? ਹੁਣ ਤੁਸੀਂ ਆਪ ਦੇਖੋ ਕਿ ਪਿਆਰ ਦੇ ਵਿੱਚ ਜੇ ਸੈਕਰੀਫਾਈਜ਼ ਨਹੀਂ ਹੈ ਤਾਂ ਫਿਰ ਉਹ ਪਿਆਰ ਨਹੀਂ ਹੈ. ਸੋ ਪਿਆਰ ਨੂੰ ਜਸਟੀਫਾਈ ਤਾਂ ਕਰਨਾ ਹੀ ਪੈਣਾ ਹੈ, ਭਾਵੇਂ ਉਹ ਮਜਨੂੰ ਕਰੇ, ਭਾਵੇਂ ਉਹ ਪ੍ਰੀਤ ਕਰੇ, ਭਾਵੇਂ ਉਹ ਮਾਹੀ ਕਰੇ. ਸੋ ਇਸ ਲਈ ਆਪਾਂ ਪਿਆਰ ਨੂੰ ਜਸਟੀਫਾਈ ਕੀਤਾ. ਬਹੁਤ ਸੋਹਣਾ ਕੰਮ ਹੈ. ਔਰ ਐਕਟਿੰਗ ਜਿਹੜੇ ਤੁਹਾਡੀ ਅਸੀਂ ਦੇਖ ਰਹੇ ਸੀਗੇ, ਐਕਸਪ੍ਰੈਸ਼ਨ ਵਾਈਜ਼ ਹੋ ਜੇ ਜਾਂ ਡਾਇਲੋਗ ਡਿਲੀਵਰੀ ਹੋ ਜੇ, ਮੈਨੂੰ ਲੱਗਦਾ ਕਿ ਕਿਰਦਾਰ ਵਾਕਿਆ ਤੁਹਾਡੇ ਲਈ ਬਣਿਆ ਸੀਗਾ ਜਿੱਦਾਂ ਤੁਸੀਂ ਡਿਲੀਵਰ ਕਰ ਰਹੇ ਸੀ. ਥੈਂਕ ਯੂ ਥੈਂਕ ਯੂ. ਮੈਂ ਕੋਸ਼ਿਸ਼ ਕੀਤੀ ਆ ਕਿ ਇਸ ਕਿਰਦਾਰ ਨੂੰ ਬਿਲਕੁਲ ਅੰਦਰ ਜੀਵਾਂ, ਇਹਨੂੰ ਕਿਰਦਾਰ ਨੂੰ. ਸੋ ਮੈਂ ਇਹਨੂੰ ਕਿਰਦਾਰ ਨੂੰ ਜੀਆ ਹੈ. ਕਾਫੀ ਵਾਰੀ ਆਪਾਂ ਇਹਦੇ ਵਿੱਚ ਸ਼ੂਟ ਕੀਤਾ, ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਾਂਗੀ, ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ. ਤੁਸੀਂ ਦੇਖੇ ਹੋਣੇ ਸੀਨ ਵਿੱਚ ਕਾਫੀ ਸਾਰੇ ਅਪ ਡਾਊਨ, ਮੈਂ ਕਦੀ ਕਿਵੇਂ ਦਾ ਲੁੱਕ ਆ ਰਿਹਾ, ਕਦੀ ਕਿਵੇਂ ਦਾ. ਹੁਣ ਜੇ ਮੈਂ, ਲੇਕਿਨ ਮੈਂ ਕਹਾਂ ਨਹੀਂ ਮੈਂ ਅੱਛਾ ਨਹੀਂ ਦਿਖਾਂਗੀ, ਮੈਂ ਨਹੀਂ ਕਰਨਾ ਸ਼ੂਟ, ਤਾਂ ਉਹ ਕਿਤੇ ਨਾ ਕਿਤੇ ਮੇਰੀ ਕਮੀ ਆ. ਸੋ ਮੈਂ ਆਪਣੇ ਐਕਟ ਨੂੰ ਅੱਗੇ ਲੈ ਕੇ ਆਈ ਹਾਂ, ਮੈਂ ਮੇਰੀ ਬਾਡੀ ਨੂੰ ਨਹੀਂ ਅੱਗੇ ਲੈ ਕੇ ਆਈ ਕਿ ਕੋਈ ਮੈਨੂੰ ਦੇਖੇ ਕਿ ਇੱਥੇ ਕੁੜੀ ਮੋਟੀ ਹੈ, ਇੱਥੇ ਪਤਲੀ ਹੈ. ਮੈਨੂੰ ਪਤਾ ਹੈ, ਮੈਨੂੰ ਖੁਦ ਨੂੰ ਵੀ ਪਤਾ, ਕਿਉਂਕਿ ਹੁਣ ਮੈਂ ਕੀ ਕਰਾਂ, ਮੈਂ ਬਿਮਾਰ ਪੈ ਗਈ ਸੀ, ਲੇਕਿਨ ਫਿਲਮ ਤਾਂ ਕੰਪਲੀਟ ਕਰਨੀ ਪਊਗੀ ਨਾ, ਬਿਕੋਜ਼ ਐਕਟ ਕਰਨਾ ਹੈ, ਤੁਹਾਨੂੰ ਐਕਟ ਚੰਗਾ ਲੱਗਣਾ ਚਾਹੀਦਾ. ਇਸ ਲਈ ਮੈਂ ਕੋਸ਼ਿਸ਼ ਕੀਤੀ ਹੈ ਕਿ ਜਿਵੇਂ ਦੀ ਵੀ ਲੱਗਾਂ, ਬਸ ਤੁਹਾਡੇ ਸਾਹਮਣੇ ਐਕਟ ਕਰ ਲਾਂ, ਪ੍ਰੀਤ ਕਰ ਲਾਂ.
ਅਤੇ ਜਿਹੜਾ ਤੁਸੀਂ ਐਕਟ ਕੀਤਾ ਵਾਕਿਆ ਸਾਨੂੰ ਪਸੰਦ ਹੈ, ਇਸ 'ਚ ਕੋਈ ਦੋ ਰਾਏ ਨਹੀਂ ਹੈਗੀ। ਸੋ ਮੇਕਅਪ 'ਤੇ ਵੀ ਕੰਮ ਕੀਤਾ ਗਿਆ, ਤੁਹਾਡੇ ਲੁੱਕਸ 'ਤੇ ਬਹੁਤ ਕੰਮ ਕੀਤਾ ਗਿਆ, ਜਿਹੜਾ ਇੱਕ ਕਲਚਰ ਦਿਖਾਇਆ ਗਿਆ ਪਿੰਡ ਦਾ, ਹੈ ਨਾ, ਇੱਕ ਪ੍ਰੋਪਰ ਮਜਨੂੰ ਦੀ ਲੈਲਾ ਵਾਲਾ ਪਿਆਰ ਦਿਖਾਇਆ ਗਿਆ। ਸੋ ਇਹਨਾਂ 'ਤੇ ਜਿਹੜਾ ਕੰਮ ਹੋਇਆ, ਲਾਈਕ ਤੁਸੀਂ ਵਨ ਟੇਕ ਦੇ ਵਿੱਚ ਕਰ ਦਿੰਦੇ ਸੀਗੇ ਜਾਂ ਕਿੰਨੀ ਵਾਰ ਤੁਹਾਨੂੰ ਕਰਕੇ ਆਪਣੀ ਪਰਫੈਕਸ਼ਨ ਆਪ ਕਦੋਂ ਸੈਟਿਸਫਾਈ ਹੁੰਦੇ ਸੀ ਤੁਸੀਂ? ਐਕਚੁਲੀ ਮੈਂ ਅਗਰ ਪਰਸਨਲੀ ਦੱਸਾਂ ਨਾ, ਤਾਂ ਜਿਹੜਾ ਇੱਕ ਮਾਸਟਰ ਹੁੰਦਾ ਨਾ, ਮੈਂ ਵਨ ਟੇਕ ਮੈਨੂੰ ਵਧੀਆ ਲੱਗਦਾ, ਬਾਅਦ ਜੇ ਕਿਸੇ ਲਈ ਪਹਿਲੀ ਵਾਰੀ ਵਧੀਆ ਲੱਗਦਾ, ਇਮੋਸ਼ਨਸ ਨਿਕਲ ਕੇ ਆਉਂਦੇ ਨੇ ਭਾਵੇਂ ਕਿਸੇ ਵੀ ਤਰ੍ਹਾਂ ਦਾ ਹੋਵੇ, ਵਾਰ ਵਾਰ ਜਦੋਂ ਕਰਨਾ ਪੈਂਦਾ ਤਾਂ ਕਿਤੇ ਨਾ ਕਿਤੇ ਨਕਲੀ ਹੋ ਜਾਂਦਾ। ਸੋ ਮੈਂ ਟਰਾਈ ਕਰਦੀ ਹਾਂ ਕਿ ਪਹਿਲੀ ਵਾਰ 'ਚ ਹੀ ਕਰ ਲਈਏ, ਬਟ ਟੇਕ ਦੇਣਾ ਪੈਂਦਾ ਕਦੀ ਇੱਧਰੋਂ ਕਦੀ ਇੱਧਰੋਂ ਕਦੀ ਇੱਧਰੋਂ, ਫਿਰ ਵੀ ਟਰਾਈ ਕਰਦੀ ਹਾਂ ਕਿ ਭਾਵੇਂ ਜਿੰਨੇ ਮਰਜ਼ੀ ਟੇਕ ਕਰ ਲਓ, ਆਪਾਂ ਵਧੀਆ ਹੀ ਕਰਾਂਗੇ। ਜਾਂਦੇ ਜਾਂਦੇ ਤੁਸੀਂ ਕੀ ਕਹਿਣਾ ਚਾਹੁੰਦੇ? ਮੈਨੂੰ ਲੱਗਦਾ ਕਿ ਇਹ ਮੂਵੀ ਇੱਕ ਵਾਰੀ ਨਹੀਂ, 2-3-4 ਵਾਰੀ ਜਾ ਕੇ ਸਿਨੇਮਾ ਦੇ ਵਿੱਚ ਵੀ ਆਪਾਂ ਦੇਖਾਂਗੇ ਨਾ, ਕਦੀ ਬੋਰ ਨਹੀਂ ਹੋਵਾਂਗੇ। ਥੈਂਕ ਯੂ ਮੈਮ, ਥੈਂਕ ਯੂ ਸੋ ਮਚ, ਤੁਸੀਂ ਇੰਨਾ ਪਿਆਰ ਦੇ ਰਹੇ ਹੋ। ਅਤੇ ਬਸ ਆਈਏ ਅੱਗੇ, ਤੁਹਾਡੇ ਸਾਰਿਆਂ ਅੱਗੇ ਬੇਨਤੀ ਆ, ਰਿਕੁਐਸਟ ਆ ਕਿ ਥੋੜ੍ਹਾ ਜਿਹਾ ਟਾਈਮ ਕੱਢਿਓ ਅਤੇ ਸਾਡੀ ਛੋਟੀ ਜਿਹੀ ਫਿਲਮ ਨੂੰ ਜ਼ਰੂਰ ਦੇਖਣ ਜਾਇਓ, ਮੌਕਾ ਦਿਓ ਸਾਨੂੰ ਵੀ, ਸਾਰੇ ਕੰਮ ਕਰਦੇ ਸਾਨੂੰ ਵੀ ਮੌਕਾ ਦਿਓ, ਅਸੀਂ ਵੀ ਕੰਮ ਕਰੀਏ ਅੱਗੇ। ਬੈਸਟ ਵਿਸ਼ਸ ਫੋਰ। ਥੈਂਕ ਯੂ ਮੈਮ, ਥੈਂਕ ਯੂ ਸੋ ਮਚ। ਸੋ ਜੀ, ਫਿਲਮ ਦੇਖ ਕੇ ਅਸੀਂ ਬਾਹਰ ਆ ਗਏ ਹਾਂ। ਮਜਨੂੰ ਨਾਮ ਤੋਂ ਤਾਂ ਲੱਗ ਰਿਹਾ ਸੀਗਾ ਕਿ ਰੋਮਾਂਟਿਕ ਮੂਵੀ ਹੋਵੇਗੀ, ਪਰ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਰੋਮਾਂਸ ਦੇ ਨਾਲ ਨਾਲ ਜਿਹੜਾ ਪ੍ਰੀਤ ਨੇ ਮੈਸੇਜ ਦਿੱਤਾ ਇਸ ਫਿਲਮ ਦੇ ਵਿੱਚ, ਬਾ ਕਮਾਲ ਸੀ ਪ੍ਰੀਤ ਦੀ ਐਕਟਿੰਗ, ਔਰ ਬਾਕੀ ਦੀ ਜਿਹੜੀ ਸਟਾਰਕਾਸਟ ਸੀਗੀ ਸਭ ਨੇ ਬਹੁਤ ਸੋਹਣਾ ਕੰਮ ਕੀਤਾ। ਜਿਹੜਾ ਮੈਸੇਜ ਐਂਡ 'ਤੇ ਤੁਹਾਨੂੰ ਇਮੋਸ਼ਨਲ ਕਰਕੇ ਜਾਏਗਾ, ਬਾ ਕਮਾਲ ਹੈ। ਔਰ ਤੁਸੀਂ ਦੁਬਾਰਾ ਕਹੋਗੇ ਕਿ ਫਿਲਮ ਇੱਕ ਵਾਰੀ ਨਹੀਂ, ਮੈਨੂੰ ਲੱਗਦਾ ਕਿ 2-3 ਵਾਰ ਦੇਖਣ ਦੇ ਲਈ ਸਿਨੇਮਾ ਘਰਾਂ ਦੇ ਵਿੱਚ ਆਉਣਾ ਚਾਹੀਦਾ। ਅਤੇ ਫਟਾਫਟ ਜਾ ਕੇ ਟਿਕਟ ਬੁੱਕ ਕਰ ਲਓ ਅਤੇ ਫਿਲਮ ਨੂੰ ਦੇਖਣ ਜਾਓ। ਫਿਲਹਾਲ ਮੈਨੂੰ ਦਿਓ ਇਜਾਜ਼ਤ, ਕੈਮਰਾਮੈਨ ਸੁਮੇਧ ਨਾਲ ਮਨਪ੍ਰੀਤ ਖੁੱਲਰ, ਦੈਨਿਕ ਸਵਰਾ ਟੀਵੀ, ਚੰਡੀਗੜ੍ਹ।